ਸੜਕਾਂ ਸੁਰੱਖਿਅਤ ਆ, ਦਿਸ਼ਾ ਨਿਰਦੇਸ਼ ਆ, ਤੁਹਾਨੂੰ ਜਾਣਕਾਰੀ ਦਿੰਦੇ ਹਾਂ ਜੋ ਇਸ ਲੈਟਰ ਦੇ ਵਿੱਚ ਲਿਖੇ ਹੋਏ ਨੇ। ਵਾਹਨ ਚਲਾਉਂਦੇ ਸਮੇਂ ਆਪਣੇ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ ਜੀ। ਵਾਹਨ ਦੀ ਪਹਿਲੀ ਸੀਟ 'ਤੇ ਬੈਠਦਿਆਂ ਹੀ ਸੀਟ ਬੈਲਟ ਦੀ ਜ਼ਰੂਰ ਵਰਤੋਂ ਕਰੋ ਜੀ। ਸ਼ਰਾਬ ਪੀ ਕੇ ਗੱਡੀ ਨਾ ਚਲਾਓ, ਹਮੇਸ਼ਾ ਗਤੀ ਸੀਮਾ ਨਾਲ ਪਾਲਣ ਕਰੋ ਜੀ। ਬੱਚਿਆਂ ਅਤੇ ਬਜ਼ੁਰਗ ਨਾਗਰਿਕਾਂ ਦੇ ਸੰਬੰਧ ਵਿੱਚ ਵਿਸ਼ੇਸ਼ ਧਿਆਨ ਰੱਖੋ ਜੀ। ਜੇ ਥੱਕ ਗਏ ਹੋ ਤਾਂ ਗੱਡੀ ਨਾ ਚਲਾਓ। ਵਾਹਨ ਚਲਾਉਂਦੇ ਸਮੇਂ ਹੋਰ ਵਾਹਨਾਂ ਤੋਂ ਦੂਰੀ ਬਣਾਈ ਰੱਖੋ। ਪਹੀਆਂ ਵਾਹਨ ਚਲਾਉਂਦੇ ਸਮੇਂ ਹੈਲਮਟ ਹਮੇਸ਼ਾ ਪਹਿਨੋ ਜੀ। ਮਾੜੀ ਰੋਸ਼ਨੀ ਦੇ ਹਾਲਾਤਾਂ ਵਿੱਚ ਹੈੱਡਲਾਈਟਾਂ ਚਾਲੂ ਕਰੋ ਜੀ। ਹਮੇਸ਼ਾ ਧਿਆਨ ਭਟਕਣ ਤੋਂ ਬਚੋ। ਡਰਾਈਵਿੰਗ ਕਰਦੇ ਸਮੇਂ ਸੁਸਤੀ ਤੋਂ ਬਚੋ ਜੀ ਅਤੇ ਟ੍ਰੈਫਿਕ ਲਾਈਟਾਂ ਦੀ ਉਲੰਘਣਾ ਨਾ ਕਰੋ, ਤਾਂ ਜੋ ਵੀ ਗੱਡੀ ਚਲਾਉਂਦੇ ਸਮੇਂ ਆਪਣੇ ਪਰਿਵਾਰ ਸਮੇਤ ਜ਼ਰੂਰ ਧਿਆਨ ਨਾਲ ਗੱਡੀ ਚਲਾਉਂਦੇ ਰਹੋ। ਪਰਮਾਤਮਾ ਤੁਹਾਡੇ ਸਭ ਦੀਆਂ ਮਨੋਕਾਮਨਾ ਪੂਰੀਆਂ ਕਰੇ। ਹਮੇਸ਼ਾ ਤੁਹਾਨੂੰ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਵੀਡੀਓ ਨੂੰ ਜ਼ਰੂਰ ਸਾਥੀ ਪਿਆਰੇ ਲਾਈਕ ਸ਼ੇਅਰ ਕਰਦੇ ਕਰੋ। ਜਿਨ੍ਹਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਸਬਸਕ੍ਰਾਈਬ ਕਰ ਲੈਣ। ਆਉਣ ਵਾਲੀਆਂ ਵੀਡੀਓ ਆਪਾਂ ਤੁਹਾਨੂੰ ਹੋਰ ਵੀ ਵਧੀਆ ਵਧੀਆ ਦਿਖਾਉਂਦੇ ਰਹਾਂਗੇ। ਤੁਹਾਡਾ ਸਵਾਗਤ ਆ ਅੱਜ ਦੇ ਬਲੌਗ ਜੱਗੀ ਮੋਟੋ ਬਲੌਗ 'ਤੇ। ਅਤੇ ਧੰਨਵਾਦ ਸਾਥੀਓ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਜੈ ਸਾਰੇ ਠੀਕ ਠਾਕ ਹੋਵੋਗੇ। ਅੱਜ ਆਪਾਂ ਆਪਣੀ ਬੈਠੇ ਦੀ ਸ਼ੋਪ 'ਤੇ, ਸ਼ੋਪ ਦੇ ਉੱਪਰ ਆਪਣੇ ਕੋਲ ਇੱਕ ਪਾਰਸਲ ਆਇਆ। ਇਹ ਪਾਰਸਲ ਹੈ ਜਿਸ ਦਾ ਆਪਣੇ ਡਰੈਸ 'ਤੇ ਆਇਆ, ਕਿਉਂਕਿ ਜ਼ਿਆਦਾ ਪੜ੍ਹੇ ਹੋਣ ਕਰਕੇ ਆਪਾਂ ਤੁਹਾਨੂੰ ਸਮਝਾ ਨਹੀਂ ਸਕਦੇ, ਕਿਉਂਕਿ ਇੰਨੀ ਆਪਾਂ ਨੂੰ ਜਾਣਕਾਰੀ ਨਹੀਂ, ਪਰ ਪਾਰਸਲ ਜ਼ਰੂਰ ਆਪਣੇ ਲਵੇ ਆਇਆ। ਅੱਜ ਆਪਾਂ ਇਹਨੂੰ ਖੋਲ੍ਹ ਕੇ ਦੇਖਦੇ ਹਾਂ ਅਤੇ ਪਾਰਸਲ ਦੇ ਵਿੱਚ ਕੀ ਚੀਜ਼ ਆਈ ਹੈ, ਕਿਸਨੇ ਭੇਜੀ ਹੈ, ਕਿਉਂਕਿ ਆਪਣੇ ਲਵੇ ਅੱਜ ਇਹ ਨਵੀਂ ਚੀਜ਼ ਆਈ ਹੈ। ਇਹਦੇ ਵਿੱਚ ਦੇਖੋ ਕਿਸੇ ਨੇ ਪੇਮੈਂਟ ਭੇਜੀ ਹੈ ਜਾਂ ਕੋਈ ਆਪਣੀ ਪਰਸਨਲ ਕੋਈ ਕਾਗਜ਼ ਪੱਤਰ ਆਇਆ ਹੈ, ਜਾਂ ਦੇਖਦੇ ਹਾਂ ਇਹਨੂੰ ਖੋਲ੍ਹ ਕੇ ਅੱਜ, ਕਿਉਂਕਿ ਇਹ ਆਪਣੇ ਲਵੇ ਅੱਜ ਕਿਸੇ ਸਾਥੀ ਮਿੱਤਰ ਵੱਲੋਂ ਭੇਜਿਆ ਗਿਆ ਜੀ, ਜਾਂ ਮਹਿਕਮੇ ਵੱਲੋਂ ਭੇਜਿਆ ਗਿਆ, ਜਾਂ ਕਿਸ ਵੱਲੋਂ ਭੇਜਿਆ ਗਿਆ। ਅੱਜ ਆਪਾਂ ਖੋਲ੍ਹਾਂਗੇ, ਖੋਲ੍ਹ ਕੇ ਤੁਹਾਨੂੰ ਦਿਖਾਵਾਂਗੇ ਕਿ ਅੱਜ ਪਾਰਸਲ ਦੇ ਵਿੱਚ ਆਪਣੇ ਲਵੇ ਅੱਜ ਕੀ ਪਹੁੰਚਿਆ ਜੀ। ਆ ਜਾਓ ਵੀ, ਬਣੇ ਰਹੋ ਵੀਡੀਓ 'ਤੇ, ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹੋ ਜੀ। ਆ ਜਾਓ ਵੀ ਸਾਥੀਓ, ਆਪਾਂ ਖੋਲ੍ਹਦੇ ਹਾਂ। ਆ ਜਾਓ ਵੀ, ਜਿਸ ਦੇ ਉੱਪਰ ਐਡਰੈਸ ਲਿਖਿਆ ਹੋਇਆ ਹੈ ਮੰਡੇਰ ਇਲੈਕਟ੍ਰੀਕਲ ਸੜਕ ਦੇ ਉੱਪਰ, ਇਹ ਤੁਸੀਂ ਦੇਖ ਰਹੇ ਹੋ ਜੋ ਕਿ ਮੰਡੇਰ ਇਲੈਕਟ੍ਰੀਕਲ ਸੜਕ ਦੇ ਉੱਪਰ ਨੰਬਰ 9 ਪਾਰਸਲ ਆਪਣੇ ਲਵੇ ਪਹੁੰਚਿਆ ਹੈ। 9 ਨੰਬਰ ਪਾਰਸਲ ਹੈ ਅਤੇ ਆ ਜਾਓ ਆਪਾਂ ਖੋਲ੍ਹਦੇ ਹਾਂ। ਆ ਜਾਓ, ਬਣੇ ਰਹੋ ਵੀਡੀਓ 'ਤੇ। ਅਤੇ ਸਾਰਿਆਂ ਤੋਂ ਪਹਿਲਾਂ ਆਪਾਂ ਤੁਸੀਂ ਇਹਨੂੰ ਮਤਲਬ ਕੈਂਚੀ ਲੈ ਵੀ ਸਾਥੀ ਪੈਰੋ ਆਪਾਂ ਖੋਲ੍ਹਦੇ ਹਾਂ। ਤੁਸੀਂ ਇਹਨੂੰ ਕਦੇ ਵੀ ਤੁਹਾਡੇ ਕੋਲ ਕੋਈ ਪਾਰਸਲ ਜਾਂ ਕਿਸੇ ਵੀ ਪ੍ਰਕਾਰ ਦੀ ਕੋਈ ਚਿੱਠੀ ਆਉਂਦੀ ਹੈ ਤਾਂ ਤੁਸੀਂ ਉਹਨੂੰ ਇਸ ਤਰ੍ਹਾਂ ਨਾ ਪਾੜੋ। ਤੁਹਾਡੇ ਆਪਦੇ ਘਰਾਂ ਦੇ ਵਿੱਚ ਆਪਣੀ ਛੋਟੀ ਕੈਂਚੀ ਜਾਂ ਕੋਈ ਤਿੱਖੀ ਚੀਜ਼ ਹੁੰਦੀ ਹੈ ਜੋ ਕਾਟਿੰਗ ਕਰਦੀ ਹੈ ਆਮ, ਤਾਂ ਉਸ ਨੂੰ ਤੁਸੀਂ ਇਹਦਾ ਉੱਪਰਲਾ ਹਿੱਸਾ ਥੋੜ੍ਹਾ ਜਿਹਾ ਕੱਟ ਲਓ, ਕਿਉਂਕਿ ਜ਼ਿਆਦਾਤਰ ਇਹ ਜੋ ਮਹਿਕਮੇ ਵੱਲੋਂ ਇਹ ਬਣਾਇਆ ਹੁੰਦਾ ਉਹ ਚੇਪਿਆ ਹੁੰਦਾ, ਚੇਪਣ ਅਤੇ ਪਾੜਨ ਦੇ ਵਿੱਚ ਬਹੁਤ ਅੰਤਰ ਹੁੰਦਾ ਜੀ। ਇਸ ਤਰ੍ਹਾਂ ਤੁਸੀਂ ਇਹਨੂੰ ਪਾੜ ਵੀ ਸਕਦੇ ਹੋ ਅਤੇ ਇਸ ਤਰ੍ਹਾਂ ਤੁਸੀਂ ਇਹਨੂੰ ਥੋੜ੍ਹਾ ਜਿਹਾ ਕਾਟਿੰਗ ਵੀ ਕਰ ਸਕਦੇ ਹੋ ਅਤੇ ਆਪਾਂ ਥੋੜ੍ਹੀ ਜਿਹੀ ਬਰੀਕੀ ਇਹਦੀ ਕਾਟਿੰਗ ਕਰਾਂਗੇ ਜੀ। ਅਤੇ ਕਾਟਿੰਗ ਕਰਕੇ ਇਹਦੇ ਵਿੱਚੋਂ
ਪਹਿਲਾਂ ਇਹ ਦੇਖਾਂਗੇ ਅਤੇ ਕਾਗਜ਼ ਦੇ ਵਿੱਚ ਹੋਰ ਕੁਛ ਨਹੀਂ ਹੈਗਾ, ਖਾਲੀ ਪੋਲੀਥੀਨ ਹੈ ਜੀ। ਅਤੇ ਇਹ ਲੈ ਵੀ ਸਾਥੀ ਪਿਆਰਿਓ, ਇਹਦੇ ਵਿੱਚੋਂ ਨਿਕਲਿਆ ਇੱਕ ਲੈਟਰ ਆ, ਜਿਸ ਦੇ ਉੱਪਰ ਆਪਣਾ ਨਾਮ, ਐਡਰੈਸ ਆ ਅਤੇ ਕੁਛ ਚੀਜ਼ਾਂ ਦੀ ਜਾਣਕਾਰੀ ਦਿੱਤੀ ਹੋਈ ਹੈ। ਅਤੇ ਇਹ ਲੈਟਰ ਨੂੰ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਅਤੇ ਤੁਹਾਨੂੰ ਵੀ ਪੜ੍ਹ ਕੇ ਸੁਣਾਵਾਂਗੇ। ਅਤੇ ਇਹ ਜਿਹਦੇ ਵਿੱਚ ਇਹ ਕਾਪੀ ਬੁੱਕ ਪਹੁੰਚੀ ਹੈ, ਅਤੇ ਇਹ ਬੁੱਕ ਪਹੁੰਚ ਕੇ ਇਹ ਮਹਿਕਮੇ ਵੱਲੋਂ, ਟਰਾਂਸਪੋਰਟ ਮਹਿਕਮੇ ਵੱਲੋਂ ਇਹ ਭੇਜੀ ਗਈ ਹੈ ਜੀ। ਬਹੁਤ ਬਹੁਤ ਟਰਾਂਸਪੋਰਟ ਮਹਿਕਮੇ ਦਾ ਅਤੇ ਸਾਡੇ ਸਾਰੇ ਹੀ ਪੰਜਾਬ ਸਰਕਾਰ ਦਾ ਅਤੇ ਜੋ ਵੀ ਇਸ ਮਹਿਕਮੇ ਨਾਲ ਸੰਬੰਧਿਤ ਸਾਰੇ ਹੀ ਅਫਸਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜੋ ਕਿ ਆਪਣੇ ਘਰ ਅੱਜ ਇਹ ਲੈਟਰ ਅਤੇ ਇਹ ਪਾਸ ਕਾਪੀ ਪਹੁੰਚ ਗਈ ਜੀ ਆਪਣੇ ਲਵੇ, ਜੋ ਕਿ ਅੱਜ ਆਪਣੀ ਗੱਡੀ ਦੀ ਆਪਣੇ ਨੰਬਰ 'ਤੇ ਕਾਪੀ ਪਹੁੰਚ ਚੁੱਕੀ ਹੈ ਜੀ, ਜੋ ਕਿ ਜਗਸ਼ੀਰ ਸ਼ਰਮਾ ਸ਼ਰੋਫ ਰਾਮਨਾਥ ਦੇ ਨਾਂ 'ਤੇ ਆਪਣੇ ਲਵੇ ਅੱਜ ਇਹ ਪਾਸ ਬੁੱਕ ਅਤੇ ਕਾਪੀ ਪਹੁੰਚ ਗਈ ਜੀ। ਧੰਨਵਾਦ ਸਾਥੀਓ, ਵੀਡੀਓ ਨੂੰ ਜ਼ਰੂਰ ਲਾਈਕ ਸ਼ੇਅਰ ਕਰਦੇ ਰਿਹਾ ਕਰੋ, ਤੁਹਾਡਾ ਆਪਣਾ ਚੈਨਲ ਜੱਗੀ। ਲੈ ਵੀ ਸਾਥੀ ਪਿਆਰੇ, ਜੋ ਲੈਟਰ ਦੇ ਵਿੱਚ ਲਿਖਿਆ ਆਪਾਂ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਹਾਂ। ਪਿਆਰੇ ਨਾਗਰਿਕ, ਵਧਾਈ ਤੁਹਾਨੂੰ ਸਮਾਰਟ ਕਾਰਡ, ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ, ਜੋ ਕਿ ਇਸ ਪੱਤਰ ਨਾਲ ਨੱਥੀ ਕੀਤਾ ਗਿਆ ਹੈ। ਤੁਸੀਂ ਆਪਣੇ ਦਸਤਾਵੇਜ਼ ਦਾ ਵਰਚੁਅਲ ਡਿਜੀਟਲ ਫਾਰਮੇਟ, ਕਿਉਂਕਿ ਇੰਗਲਿਸ਼ ਥੋੜ੍ਹੀ ਜਿਹੀ ਦਿੱਕਤ ਹੈ ਬਾਈ, ਡਿਜੀਟੈਕ ਐਪ ਤੋਂ ਡਾਊਨਲੋਡ ਕਰ ਸਕਦੇ ਹੋ। ਨਾਗਰਿਕਾਂ ਦੀ ਕੁਸ਼ਲ ਅਤੇ ਪਰਦਾ ਰਿਸ਼ੀ ਤਰੀਕੇ ਨਾਲ ਸੇਵਾ ਕਰਨ ਅਤੇ ਉਦੇਸ਼ ਨਾਲ ਪੰਜਾਬ ਟਰਾਂਸਪੋਰਟ ਵਿਭਾਗ ਅਤੇ ਡਾਕ ਰਾਹੀਂ ਤੁਹਾਡੇ ਦਸਤਾਵੇਜ਼ ਨੂੰ ਘਰ ਘਰ ਪਹੁੰਚਾਉਣ ਦੀ ਪਹਿਲਕਦਮੀ ਕੀਤੀ ਗਈ ਹੈ। ਇਸ ਦੇ ਨਾਲ ਨਾਲ ਹੁਣ ਤੁਸੀਂ ਆਪਣੇ ਘਰ ਤੋਂ ਹੀ ਔਨਲਾਈਨ ਪ੍ਰਣਾਲੀ ਰਾਹੀਂ 500 ਤੋਂ ਵੱਧ ਸੇਵਾ ਕੇਂਦਰਾਂ ਰਾਹੀਂ ਟਰਾਂਸਪੋਰਟ ਵਿਭਾਗ ਨਾਲ ਸੰਬੰਧਿਤ ਸੇਵਾਵਾਂ ਪ੍ਰਾਪਤ ਕਰ ਸਕਦੇ ਹੋ। ਸੁਰੱਖਿਅਤ ਢੰਗ ਨਾਲ ਵਾਹਨ ਚਲਾਓ ਜੀ। ਸਤਿਕਾਰ ਸਹਿਤ ਰਾਜ ਟਰਾਂਸਪੋਰਟ ਕਮਿਸ਼ਨਰ ਪੰਜਾਬ ਜੀ। ਕੁਝ ਸਹੂਲਤਾਂ ਇਹਨਾਂ ਨੇ ਦੂਜੀ ਸਾਈਡ ਲਿਖੀਆਂ ਨੇ, ਜੋ ਕਿ ਸੜਕ ਸੁਰੱਖਿਅਤ ਦਿਸ਼ਾ ਨਿਰਦੇਸ਼ ਤੁਹਾਨੂੰ ਜਾਣਕਾਰੀ ਦਿੰਦੇ ਹਾਂ, ਜੋ ਇਸ ਲੈਟਰ ਦੇ ਵਿੱਚ ਲਿਖੇ ਨੇ। ਵਾਹਨ ਚਲਾਉਂਦੇ ਸਮੇਂ ਆਪਣੇ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ ਜੀ। ਵਾਹਨ ਦੀ ਪਹਿਲੀ ਸੀਟ 'ਤੇ ਬੈਠਦਿਆਂ ਹੀ ਸੀਟ ਬੈਲਟ ਦੀ ਜ਼ਰੂਰ ਵਰਤੋਂ ਕਰੋ ਜੀ। ਸ਼ਰਾਬ ਪੀ ਕੇ ਗੱਡੀ ਨਾ ਚਲਾਓ, ਹਮੇਸ਼ਾ ਗਤੀ ਸੀਮਾ ਨਾਲ ਪਾਲਣ ਕਰੋ ਜੀ। ਬੱਚਿਆਂ ਅਤੇ ਬਜ਼ੁਰਗ ਨਾਗਰਿਕਾਂ ਦੇ ਸੰਬੰਧ ਵਿੱਚ ਵਿਸ਼ੇਸ਼ ਧਿਆਨ ਰੱਖੋ ਜੀ। ਜੇ ਥੱਕ ਗਏ ਹੋ ਤਾਂ ਗੱਡੀ ਨਾ ਚਲਾਓ। ਵਾਹਨ ਚਲਾਉਂਦੇ ਸਮੇਂ ਹੋਰ ਵਾਹਨਾਂ ਤੋਂ ਦੂਰੀ ਬਣਾਈ ਰੱਖੋ। ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਹਮੇਸ਼ਾ ਪਹਿਨੋ ਜੀ। ਮਾੜੀ ਰੋਸ਼ਨੀ ਦੇ ਹਾਲਾਤਾਂ ਵਿੱਚ ਹੈੱਡਲਾਈਟਾਂ ਚਾਲੂ ਕਰੋ ਜੀ। ਹਮੇਸ਼ਾ ਧਿਆਨ ਭਟਕਣ ਤੋਂ ਬਚੋ। ਡਰਾਈਵਿੰਗ ਕਰਦੇ ਸਮੇਂ ਸੁਸਤੀ ਤੋਂ ਬਚੋ ਜੀ। ਅਤੇ ਟ੍ਰੈਫਿਕ ਲਾਈਟਾਂ ਦੀ ਉਲੰਘਣਾ ਨਾ ਕਰੋ, ਤਾਂ ਜੋ ਵੀ ਗੱਡੀ ਚਲਾਉਂਦੇ ਸਮੇਂ ਆਪਣੇ ਪਰਿਵਾਰ ਸਮੇਤ ਜ਼ਰੂਰ ਧਿਆਨ ਨਾਲ ਗੱਡੀ ਚਲਾਉਂਦੇ ਰਹੋ। ਪਰਮਾਤਮਾ ਤੁਹਾਡੇ ਸਭ ਦੀਆਂ ਮਨੋਕਾਮਨਾ ਪੂਰੀਆਂ ਕਰੇ, ਹਮੇਸ਼ਾ ਤੁਹਾਨੂੰ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਵੀਡੀਓ ਨੂੰ ਜ਼ਰੂਰ ਸਾਥੀ
ਪਿਆਰੇ ਲਾਈਕ ਸ਼ੇਅਰ ਕਰਦੇ ਕਰੋ। ਜਿਨ੍ਹਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਸਬਸਕ੍ਰਾਈਬ ਕਰ ਲੈਣ। ਆਉਣ ਵਾਲੀਆਂ ਵੀਡੀਓ ਆਪਾਂ ਤੁਹਾਨੂੰ ਹੋਰ ਵੀ ਵਧੀਆ ਵਧੀਆ ਦਿਖਾਉਂਦੇ ਰਹਾਂਗੇ। ਤੁਹਾਡਾ ਸਵਾਗਤ ਹੈ ਅੱਜ ਦੇ ਬਲੌਗ ਜੱਗੀ ਮੋਟੋ ਬਲੌਗ 'ਤੇ। ਅਤੇ ਧੰਨਵਾਦ ਸਾਥੀਓ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ।